ਦਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜੇਕਰ ਤੁਸੀਂ ਐਂਬੈਸਡਰ ਆਫ ਹੋਪ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕੀਤਾ ਸੀ ਅਤੇ ਤੁਹਾਡਾ ਜਿਹੜਾ ਨਾਮ ਹੈ ਉਹ ਕੰਸੋਲੇਸ਼ਨ ਪ੍ਰਾਈਜ਼ ਵਿੱਚ ਆ ਗਿਆ ਹੈ, ਤਾਂ ਤੁਸੀਂ ਉਸ ਕੰਸੋਲੇਸ਼ਨ ਪ੍ਰਾਈਜ਼ ਨੂੰ ਕਲੇਮ ਕਿੱਦਾਂ ਕਰਨਾ ਹੈ, ਉਹਦੇ ਵਿੱਚ ਕਿਹੜੀ ਕਿਹੜੀ ਡਿਟੇਲਸ ਹੈ, ਕਿਹੜੀ ਕਿਹੜੀ ਪ੍ਰੋਸੈਸ ਹੈ ਅਤੇ ਕਿਹੜੇ ਕਿਹੜੇ ਸਟੈਪਸ ਹੈ ਜਿਹੜੇ ਤੁਸੀਂ ਕਰਨੇ ਹੈ ਆਪਣਾ ਪ੍ਰਾਈਜ਼ ਕਲੇਮ ਕਰਨ ਵਾਸਤੇ, ਉਹ ਮੈਂ ਸਾਰਾ ਤੁਹਾਨੂੰ ਅੱਜ ਦੀ ਵੀਡੀਓ 'ਤੇ ਵੀ ਦੱਸੂੰਗਾ। ਤਾਂ ਸਭ ਤੋਂ ਪਹਿਲੇ ਜੇਕਰ ਤੁਸੀਂ ਆਪਣਾ ਪਾਰਟੀਸਪੇਸ਼ਨ ਦਾ ਸਰਟੀਫਿਕੇਟ ਡਾਊਨਲੋਡ ਕਰਨਾ ਹੈ ਐਂਬੈਸਡਰ ਆਫ ਹੋਪ ਵੈਬਸਾਈਟ, ਇੱਥੇ ਇਹਦਾ ਲਿੰਕ ਤੁਸੀਂ ਦੇਖ ਸਕਦੇ ਹੋ। ਲਿੰਕ ਮੈਂ ਫਿਲਹਾਲ ਤੁਹਾਨੂੰ ਦੇ ਵੀ ਦਊਂਗਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵੀ, ਤੁਸੀਂ ਉੱਥੋਂ ਲੈ ਸਕਦੇ ਹੋ। ਇੱਥੇ ਕਲਿੱਕ ਕਰਕੇ ਤੁਸੀਂ ਆਪਣਾ ਸਰਟੀਫਿਕੇਟ ਔਫ ਪਾਰਟੀਸਪੇਸ਼ਨ ਡਾਊਨਲੋਡ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਬਟ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨਾ ਹੈ ਕਿ ਕੰਸੋਲੇਸ਼ਨ ਪ੍ਰਾਈਜ਼ ਤੁਸੀਂ ਕਿੱਦਾਂ ਕਲੇਮ ਕਰਨੇ ਹੈ। ਤਾਂ ਅਗਲੀ ਵੈਬਸਾਈਟ 'ਤੇ ਜਾ ਕੇ ਆ ਦੇਖੋ ਜੀ, ਥਰਡ ਲਿੰਕ ਬਣਿਆ ਕੰਸੋਲੇਸ਼ਨ ਪ੍ਰਾਈਜ਼ ਦਾ, ਤੁਸੀਂ ਇੱਥੇ ਕਲਿੱਕ ਕਰ ਦਿਓ। ਕਲਿੱਕ ਕਰਨ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ 700 ਬੱਚੇ ਮਿਲੂਗੇ। ਨੀਚੇ ਮੈਂ ਸਕਰੋਲ ਡਾਊਨ ਕਰਦਾ ਹਾਂ, ਆਹ ਦੇਖੋ ਜੀ ਇੱਥੇ 7 ਪੇਜਿਸ ਹੈ, 7 ਪੇਜਿਸ ਪਰ ਪੇਜ, 100 ਬੱਚਾ ਹੈ 7, ਠੀਕ ਹੈ ਜੀ, ਪੇਜਿਸ ਡੈਟ ਮੀਨਸ 700। ਇੱਥੇ ਤੁਸੀਂ ਦੇਖ ਵੀ ਸਕਦੇ ਹੋ। ਸੋ ਤੁਸੀਂ ਆਪਣਾ ਨਾਮ ਵਗੈਰਾ ਚੈੱਕ ਕਰਨਾ ਹੈ, ਡਿਸਟ੍ਰਿਕਟ ਵਾਈਜ਼ ਕਰਨਾ ਹੈ, ਤੁਸੀਂ ਸਕੂਲ ਵਾਈਜ਼ ਕਰਨਾ ਹੈ ਜਾਂ ਨਾਮ ਵਾਈਜ਼ ਕਰਨਾ ਹੈ, ਜਸਟ ਤੁਸੀਂ ਫਿਲ ਕਰ ਦੇਣਾ। ਜਿੱਦਾਂ ਲਾ ਲਓ ਕਿ ਮੈਂ ਹੁਸ਼ਿਆਰਪੁਰ ਦੇ ਫਿਲ ਕਰਨੇ ਹੈ, ਤਾਂ ਮੈਂ ਇੱਥੇ ਲਿਖਿਆ ਹੁਸ਼ਿਆਰ, ਪੂਰਾ ਲਿਖ ਦਿਓ, ਥੋੜ੍ਹਾ ਲਿਖ ਦਿਓ, ਕੋਈ ਪ੍ਰੋਬਲਮ ਨਹੀਂ ਹੈ। ਹਾਂ ਦੇਖੋ ਇਹ ਸਾਰੇ ਹੁਸ਼ਿਆਰਪੁਰ ਦੇ, ਤੁਸੀਂ ਦੇਖ ਸਕਦੇ ਹੋ ਇੱਥੇ ਡਿਸਟ੍ਰਿਕਟਸ ਦੇ ਬੱਚੇ ਆ ਰਹੇ ਹੈ। ਬਟ ਮੈਨੂੰ ਚਾਹੀਦਾ ਬੱਚਾ ਨੇਮ ਵਾਈਜ਼, ਮੈਨੂੰ ਕਿਸੇ ਬੱਚੇ ਨੇ ਰਿਕੁਐਸਟ ਕੀਤੀ ਸੀ ਕਿ ਸਰ ਮੇਰਾ ਪ੍ਰਾਈਜ਼ ਕਲੇਮ ਕਰੋ, ਮੇਰੇ ਥਰੂ ਨਹੀਂ ਹੋ ਰਿਹਾ ਤਾਂ ਮੈਂ ਇਹ ਉਹਨਾਂ ਦੀ ਜਿਹੜਾ ਪ੍ਰਾਈਜ਼ ਹੈ ਕਲੇਮ ਕਰਨਾ ਹੈ, ਅਤੇ ਜੇ ਤੁਹਾਨੂੰ ਕੋਈ ਐਰਰ ਆਉਂਦਾ ਹੈ ਪ੍ਰਾਈਜ਼ ਕਲੇਮ ਕਰਨ ਵਿੱਚ, ਉਹਦਾ ਸਲਿਊਸ਼ਨ ਵੀ ਮੈਂ ਤੁਹਾਨੂੰ ਇਹਦੇ ਵਿੱਚ ਪ੍ਰੋਵਾਈਡ ਕਰੂੰਗਾ। ਸੋ ਬੱਚੇ ਦਾ ਨਾਮ ਹੈ ਜੀ ਦੇਵਾਂਸ਼, ਆਹ ਹੈ ਬੱਚਾ ਦੇਵਾਂਸ਼, ਆਹ ਤੁਸੀਂ ਦੇਖ ਸਕਦੇ ਹੋ, ਸਪੈਲਿੰਗ ਵਗੈਰਾ ਥੋੜ੍ਹਾ ਦੇਖ ਲਿਓ। ਗੁਰਦਾਸਪੁਰ ਦਾ ਬੱਚਾ ਹੈ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਟਿੱਬੜ ਦਾ। ਸਭ ਤੋਂ ਪਹਿਲੇ ਮੇਰੇ ਵੱਲੋਂ ਬੱਚੇ ਨੂੰ ਕੰਗਰੈਚੁਲੇਸ਼ਨਸ ਕਲੇਮ ਪ੍ਰਾਈਜ਼ ਦੇ ਲਈ। ਹੁਣ ਕਾਫੀ ਜ਼ਿਆਦਾ ਕੈਂਡੀਡੇਟਸ ਦੇ ਕੁਸ਼ਚਨ ਆਉਂਦੇ ਕਿ ਸਰ ਕਲੇਮ ਪ੍ਰਾਈਜ਼ ਦੇ ਵਿੱਚ ਸਾਨੂੰ ਮਿਲੇਗਾ ਕੀ, ਤਾਂ ਫਿਲਹਾਲ ਇੱਦਾਂ ਦੀ ਕੋਈ ਹਾਲੇ ਇਨਫੋਰਮੇਸ਼ਨ ਨਹੀਂ ਹੈ ਕਿ ਕਲੇਮ ਪ੍ਰਾਈਜ਼ ਦੇ ਵਿੱਚ ਹੈ ਕੀ ਹੈ। ਪਹਿਲੇ ਆਪਾਂ ਦੇਖ ਲੈਂਦੇ ਕਲੇਮ ਕਿੱਦਾਂ ਕਰਨਾ ਹੈ, ਜਦੋਂ ਬੱਚੇ ਨੂੰ ਮਿਲੂਗਾ ਉਦੋਂ ਮੈਂ ਤੁਹਾਨੂੰ ਐਕਸਪਲੇਨ ਕਰ ਦੂੰਗਾ ਕਿੱਦਾਂ ਪ੍ਰੋਸੈਸ ਹੈ, ਕਿੱਦਾਂ ਕਿੱਦਾਂ ਮਿਲਦਾ ਹੈ। ਸੋ ਕਲੇਮ ਪ੍ਰਾਈਜ਼ 'ਤੇ ਤੁਸੀਂ ਕਲਿੱਕ ਕਰਨਾ ਹੈ, ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣੀ ਡਿਟੇਲਸ ਫਿਲ ਕਰਨੀ ਹੈ, ਤੁਹਾਡਾ ਨਾਮ, ਤੁਹਾਡੀ ਉਹੀ ਈਮੇਲ ਆਈ ਡੀ ਜਿਹਦੇ ਥਰੂ ਤੁਸੀਂ ਵੀਡੀਓ ਅਪਲੋਡ ਕੀਤੀ ਸੀ। ਹੁਣ ਇੱਥੇ ਇੱਕ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਦੇਖੋ ਜੀ, ਜੇਕਰ ਬੱਚੇ ਨੇ ਵਟਸਐਪ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਾਂ ਉਹਨੂੰ ਪੋਸਟ ਕੀਤਾ ਹੈ ਉਹਦੀ ਹੈਲਪ ਨਾਲ, ਤਾਂ ਉਹਦੇ ਵਿੱਚ ਤਾਂ ਵਟਸਐਪ ਦੇ ਵਿੱਚ ਤਾਂ ਤੁਹਾਡਾ ਨੰਬਰ ਹੁੰਦਾ, ਈਮੇਲ ਆਈ ਡੀ ਹੁੰਦੀ ਨਹੀਂ ਹੈ, ਤਾਂ ਫਿਰ ਤੁਸੀਂ ਇੱਥੇ ਕਿਹੜੀ ਈਮੇਲ ਆਈ ਡੀ ਫਿਲ ਕਰੋਗੇ, ਇਹ ਚੀਜ਼ ਧਿਆਨ ਨਾਲ ਸੁਣਿਓ ਜੀ। ਇੱਥੇ ਤੁਸੀਂ ਜਿਹੜੀ ਤੁਹਾਡੀ ਈਮੇਲ ਆਈ ਡੀ ਯੂਟਿਊਬ ਨਾਲ ਚੱਲਦੀ ਹੈ, ਜਿਹੜੀ ਤੁਹਾਡੀ ਈਮੇਲ ਆਈ ਡੀ ਜੀਮੇਲ ਨਾਲ ਚੱਲਦੀ ਹੈ, ਤੁਹਾਡੇ ਫੋਨ ਦੇ ਵਿੱਚ ਲਿੰਕਅਪ ਹੋਣੀ ਹੈ, ਤੁਸੀਂ ਉਹੀ ਇੱਥੇ ਈਮੇਲ ਆਈ ਡੀ ਫਿਲ ਕਰਨੀ ਹੈ ਜੀ। ਈਮੇਲ ਆਈ ਡੀ ਤੁਸੀਂ ਫਿਲ ਕਰਤੀ, ਉਸ ਤੋਂ ਬਾਅਦ ਤੁਹਾਡੇ ਸਕੂਲ ਦਾ ਨਾਮ, ਬੱਚੇ ਦੀ ਕਲਾਸ, ਫੋਨ ਨੰਬਰ, ਫੋਨ ਨੰਬਰ ਤੁਹਾਡੇ ਪੇਰੈਂਟਸ ਦਾ ਹੋ ਸਕਦਾ ਹੈ, ਤੁਹਾਡਾ ਆਪਣਾ ਹੋ ਸਕਦਾ, ਜੇ ਤੁਹਾਡਾ ਆਪਣਾ ਹੈਗਾ ਤਾਂ ਪ੍ਰਿੰਸੀਪਲ ਦਾ ਨਾਮ, ਜਿਸ ਸਕੂਲ ਦੇ ਵੀ ਤੁਸੀਂ ਪੜ੍ਹਦੇ ਹੋ ਉਸ ਸਕੂਲ ਦੇ ਹੈੱਡ ਦਾ ਨਾਮ, ਪ੍ਰਿੰਸੀਪਲ ਦਾ ਨਾਮ, ਤੁਹਾਡੇ ਫਾਦਰ ਸਾਹਿਬ ਦਾ ਨਾਮ, ਮਦਰਸ ਦਾ ਨੇਮ ਕੰਪਲਸਰੀ ਨਹੀਂ ਹੈ, ਇਫ ਯੂ ਵਾਂਟ ਟੂ ਗਿਵ ਦੇ ਸਕਦੇ ਹੋ, ਨਹੀਂ ਦੇਣਾ ਕੋਈ ਪ੍ਰੋਬਲਮ ਨਹੀਂ ਹੈ, ਫੋਰਮ ਤੁਹਾਡਾ ਸਬਮਿਟ ਹੋ ਜਾਊਗਾ। ਤੁਹਾਡਾ ਐਡਰੈਸ ਫੁੱਲ ਵੀ ਦੇ ਸਕਦੇ ਹੋ, ਥੋੜ੍ਹਾ ਵੀ ਦੇਣਾ, ਥੋੜ੍ਹਾ ਵੀ ਦੇ ਸਕਦੇ ਹੋ, ਬਟ ਮੇਰੇ ਅਕੋਰਡਿੰਗ ਫੁੱਲ ਐਡਰੈਸ ਦਿਓ, ਡੈਟਸ ਗੁੱਡ। ਐਡਰੈਸ ਟੂ ਦੇਣਾ ਜ਼ਰੂਰੀ ਨਹੀਂ ਹੈ, ਬਿਕੋਜ਼ ਜਿੱਥੇ ਸਟਾਰਸ ਲੱਗੇ ਹੋਏ ਆ ਡੈਟ ਮੀਨਸ ਕਿ ਇਹ ਫੀਲਡਸ ਨੂੰ ਫਿਲ ਕਰਨਾ ਜ਼ਰੂਰੀ ਹੈ, ਜਿਨ੍ਹਾਂ 'ਤੇ ਨਹੀਂ ਲੱਗੇ ਨਾ ਵੀ ਫਿਲ ਕਰੋ, ਨੋ ਇਸ਼ੂਜ਼। ਤੁਹਾਡੇ ਏਰੀਆ ਦਾ ਪਿੰਨ ਕੋਡ, ਤੁਹਾਡੇ ਡਿਸਟ੍ਰਿਕਟ, ਸਾਰੀਆਂ ਡਿਸਟ੍ਰਿਕਟ ਇੱਥੇ ਪੰਜਾਬ ਦੀਆਂ, ਜਿਹੜੀ ਵੀ ਤੁਹਾਡੀ ਡਿਸਟ੍ਰਿਕਟ ਹੈ, ਯੂ ਕੈਨ ਸਿਲੈਕਟ ਦੈਟ ਪਰਟੀਕੁਲਰ ਡਿਸਟ੍ਰਿਕਟ ਅਤੇ ਉੱਤੇ ਓਕੇ ਕਰ ਦਿਓ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਹੋਰ ਚੀਜ਼ ਕਿ ਤੁਸੀਂ ਵੀਡੀਓ ਕਿੱਥੇ ਅਪਲੋਡ ਕੀਤੀ ਸੀ। ਜਿੱਦਾਂ ਇਹ ਜਿਹੜੇ ਬੱਚੇ ਦਾ ਮੈਂ ਕਲੇਮ ਕਰਦਾ ਪਿਆ ਹੈ, ਇਹ ਵੀਡੀਓ ਉਸ ਬੱਚੇ ਨੇ ਫੇਸਬੁੱਕ 'ਤੇ ਅਪਲੋਡ ਕੀਤੀ ਸੀ। ਫੇਸਬੁੱਕ 'ਤੇ ਜਾ ਕੇ ਤੁਸੀਂ ਫੇਸਬੁੱਕ ਦੀ ਜਿਹੜੀ ਤੁਹਾਡੀ ਉੱਥੇ ਵੀਡੀਓ ਤੁਸੀਂ ਅਪਲੋਡ ਕੀਤੀ ਸੀ, ਜੋ ਵੀ ਤੁਹਾਡੀ ਸੀਗਾ ਉੱਥੇ ਪੋਸਟਰ ਵਗੈਰਾ, ਉਹਨੂੰ ਤੁਸੀਂ ਪਹਿਲੇ ਓਪਨ ਕਰ ਲੈਣਾ। ਰਾਈਟ ਹੈਂਡ ਸਾਈਡ 'ਤੇ ਟੋਪ 'ਤੇ 3 ਤੁਹਾਡੇ ਛੋਟੇ ਛੋਟੇ ਬਟਨਸ ਬਣੇ ਹੋਣੇ ਹੈ, ਡਾਊਨ ਬਟਨਸ ਡੋਟਸ ਵਾਲੇ, ਉੱਤੇ ਕਲਿੱਕ ਕਰਕੇ ਤੁਸੀਂ ਲਿੰਕ ਕਾਪੀ ਕਰ ਲੈਣਾ ਅਤੇ ਇੱਥੇ ਲਿੰਕ ਪੇਸਟ ਕਰ ਲੈਣਾ। ਉਸ ਤੋਂ ਬਾਅਦ ਇੱਥੇ ਤੁਸੀਂ ਰੇਟਿੰਗ ਦੇ ਦੇਣੀ ਹੈ, 1 for bad ਐਂਡ 5 for good, ਜੋ ਵੀ ਤੁਹਾਨੂੰ ਲੱਗਦਾ ਤੁਸੀਂ ਦੇ ਸਕਦੇ ਹੋ, ਮੈਨੂੰ ਮੇਰੇ ਅਕੋਰਡਿੰਗ ਮੈਂ ਦੇਤੀ ਹੈ। ਉਸ ਤੋਂ ਬਾਅਦ ਇੱਥੇ ਤੁਸੀਂ ਫੋਟੋ ਆਪਣੀ ਚੂਜ਼ ਕਰਨੀ ਹੈ, ਪਾਸਵਰਡ ਸਾਈਜ਼ ਸਕੂਲ ਦੀ ਕਰ ਦਿਓ, ਆਪਣੀ ਕਰ ਦਿਓ, ਸੈਲਫੀ ਜ਼ਿਆਦਾਤਰ ਮੈਂ ਦੇਖਿਆ ਬੱਚੇ ਐਡ ਕਰਦੇ ਆ, ਸੋ ਮੈਂ ਇੱਥੇ ਤੁਹਾਨੂੰ ਪ੍ਰੈਫਰ ਕਰੂੰਗਾ ਕਿ ਆਪਣੀ ਪਾਸਵਰਡ ਸਾਈਜ਼ ਇੱਕ ਫੋਟੋ ਖਿਚਵਾ ਲਓ। ਨਹੀਂ ਵੀ ਖਿਚਵਾਉਣੀ ਕੋਈ ਪ੍ਰੋਬਲਮ ਨਹੀਂ ਹੈ, ਘਰ ਵਿੱਚ ਤੁਹਾਨੂੰ ਪਤਾ ਦੀਵਾਰ ਵਗੈਰਾ ਹੁੰਦੀ ਹੈ ਵਾਈਟ ਕਲਰ ਦੀ ਜਾਂ ਹੋਰ ਕਲਰ ਦੀ, ਉੱਥੇ ਸਾਹਮਣੇ ਖੜ੍ਹੇ ਹੋ ਜਾਓ, ਦੈਨ ਆਪਣੇ ਕਿਸੇ ਵੀ ਫਰੈਂਡ ਵਗੈਰਾ ਤੋਂ ਫੋਟੋ ਕਲਿੱਕ ਕਰਵਾ ਲਓ ਅਤੇ ਉਹਨੂੰ ਤੁਸੀਂ ਵਿਧ ਦੀ ਹੈਲਪ ਹੋ ਜਾਂ ਸਮਾਰਟਫੋਨ, ਉਹਨੂੰ ਤੁਸੀਂ ਇੱਥੇ ਅਪਲੋਡ ਕਰ ਦਿਓ। ਇਹ ਸੇਮ ਪ੍ਰੋਸੈਸ ਤੁਸੀਂ ਆਪਣੇ ਸਮਾਰਟਫੋਨ ਵਿੱਚ ਵੀ ਕਰ ਸਕਦੇ ਹੋ, ਬਿਕੋਜ਼ ਅੱਜ ਕੱਲ੍ਹ ਦੇ ਸਮਾਰਟਫੋਨ ਨਾਮ ਤੋਂ ਹੀ ਕਲੀਅਰ ਹੈ ਜੀ
अपलोड योर फोटो आई डी विद रेजिडेंटल प्रूफ, बट सब तो इंपोर्टेंट चीज है ताडा उदे विच घर का एड्रैस होना चाहिए है। सो दो इतने मैं तुम्हें प्रूफ दसूंगा, सब तो पहला ताडा स्कूल का जिहड़ा आई डी कार्ड होंगे आइडेंटिटी कार्ड होंगे वो इतने अपलोड कर दो, अदरवाइज ताडा आधार कार्ड। सो इतने देखो जी मैं सारी फील्ड्स जिहड़ियां हैगियां फिल कीती हुई हैं बच्चे दियां, बच्चे का नाम ईमेल आई डी बिकॉज इतने फिल करता टाइम वेस्ट होना सीगा। हुण इतने देखो एक जिहड़ी प्रॉब्लम आ रही है वो की है, इतने फिलहाल मैं रेटिंग दे दिना। सो इतने प्रॉब्लम कि आ रही है जो मैं सारी देखो फोटो भी अटैच की है बंदे बच्चे का आधार कार्ड भी एड किया है, जल्द मैं सबमिट करना है सबमिट करन ते एरर आ रहा है ईमेल आई डी का। हुण कई बार आपां सोचते हैं कि ईमेल आई डी आपां समॉल विच फिल करिए, ठीक है जी, कई बार इदा हुंदा कि तुहाडी जिहड़ी ईमेल आई डी है वह कैपिटल विच होए तां नहीं चकदा, वैसे केस सेंसिटिव हुंदी तां कोई प्रॉब्लम नहीं है, तुसीं समॉल कैपिटल लगाओ दोनों ही चक लैंदे हैं फॉरमैट्स, बट फिर भी इत्थे जे तुहाडी ईमेल आई डी ना चके। हुण देखो फिर जो ईमेल आई डी कैपिटल विच सीगी मैं उहनूं समॉल विच पाया अते फिर तो मैं लास्ट विच जाके सबमिट किया, सबमिट करन तो बाद फिर देखो यही एरर शो करता पाया। हुण इस एरर का सोल्यूशन सुन लो की है, काफ़ी ज़्यादा कैंडीडेट्स ये प्रॉब्लम फेस करते पे हैं। अगर किसी भी कैंडीडेट ने यह जड़ा फॉर्म फिल किया होए अते उहदा प्राइस क्लेम हो गया होए वह मैनू कमेंट बॉक्स में कमेंट करके दस सकता, बट मेरे अकॉर्डिंग हले तक यह जड़ा प्राइज है किसी का क्लेम नहीं होया, जिन्हों का होया मैं उन्होंने रिक्वेस्ट करूँगा प्लीज़ मैनू दसन सो डैट मैं जी प्रॉब्लम है यदा सोल्यूशन लै सकता। वैसे मैं उन्होंने मेल पाई सी बट उन्होंने कोई सोल्यूशन नहीं आया हले तक, तुम कि मेल पानी वह भी देख लो। तुम कि सब तो पहले करना है अपनी जीमेल आई डी ओपन कर लेनी है, जरूरी नहीं जीमेल जोड़ी भी तुम प्लेटफॉर्म यूज़ करते हो, ईमेल जीमेल यूज़ करते हो, रेडिफ यूज़ करते हो, याहो यूज़ करते हो, उन्होंने ओपन करके तुम कंपोज मेल पर क्लिक कर लेना है। कंपोज मेल पर क्लिक करके सब तो पहले इतने तुम एड्रैस देना है, एड्रैस तुम कितों लेना है अंबेसडर ऑफ होप ये जी हैगी इतने वैबसाइट नीचे देखो इतने लिंक बनया हुआ है गैट इन टू गैट इन टच, इतने इनू कॉपी कर लो ईमेल आई डी कंपोज मेल पर जाके इनू कर दो पेस्ट, ठीक है जी। सब्जेक्ट विच लिख दो जी प्रॉब्लम प्रॉब्लम स्पेलिंग बड़ा दिख लियो प्रॉब्लम इन क्लेम प्राइज, तुसी अपने अकॉर्डिंग लिख सकते हो, मैं अपने अकॉर्डिंग लिखता पाया, बस उन्होंने गल क्लीयर होनी चाहिए हिंदी में लिख दो कि सर मैं प्राइज क्लेम करने विच प्रॉब्लम आ रही, ईमेल आई डी की प्रॉब्लम आ रही है। उस तो बाद तुसी की करना इतने अपनी ईमेल आई डी अपना फोन नंबर अते जिहड़ा तुहाडा लिंक सी वीडियो दा, देखो मैं वीडियो दा लिंक इत्थे कॉपी कीता सी इहनूं तुसीं अटैच कर देना, कॉपी कर लिया इहनूं मैं इत्थों, ला लो कि बच्चे दा नाम है देवांश, नेम लिखो नेम है जी देवांश, उस तो बाद उहनां दा जिहड़ा फोन नंबर है फोन नंबर मैं इत्थे अपना पा दिंदा बिकॉज कॉन्टैक्ट वास्ते हो सकदा कॉन्टैक्ट करन, तो मैं इत्थे अपना पा दिंदा सोल्यूशन वास्ते, अते इत्थे मैं लिख दिंदा फेसबुक लिंक, ठीक है जी फेसबुक का लिंक पाता तुम्हें मैं इतने पेस्ट करता, अते इतने मैं लिखता प्लीज स्पेलिंग वगैरह थोड़े देख लियो, तुम्हें पहले भी क्या सीगा मैं प्लीज टेक इट एज इमीडिएट एक्शन, इमीडिएट एक्शन मतलब कि जिनी जल्दी हो सके ये मेरी मेल पर एक्शन किया जाए, ठीक है जी। उस तो बाद जी चीज़ है सारी तुम देख लो चैक कर लो बच्चे का नाम, ठीक है जी स्कूल का नाम भी देना तुसे स्कूल का नाम भी दे सकते हो कोई प्रॉब्लम नहीं है, वैसे डिटेल दो ताड़ी वीडियो तो ही सारी फैच कर लोगे बिकॉज मेन हुंदा है वीडियो, अजकल तुहानू पता सारा काम ऑनलाइन हो गया है, ठीक है जी। जस्ट तुसे वीडियो पाई है आई पी ताड़ी ट्रैक कर लोगे उस अते सारी डिटेल ताड़ी उत्थों फैच कर लोगे अते उस तो बाद तुसे सेंड कर देना है, ठीक है जी। ये मेल उन्होंने चली गई है, बाकी उन्होंने तुम्हें पता जी काफ़ी ज़्यादा कैंडीडेट्स में प्रॉब्लम आ रही है, सो बैकएंड टीम काम करती पी है, इदा का कोई इशू नहीं है कि नहीं करती पी है, बट यह है जी तुहाडा टर्न आने थोड़ा टाइम लगता। मैं मेल परसों पाई सी हले तक रिस्पोंस नहीं आया उन्होंने, काफ़ियों का आ भी रहा है, तो अज मैं फिर दोबारा मेल पाई है तुम्हें दस भी दिता है। सो जेकर फ्रेंड्स तुम भी इदा की प्रॉब्लम फेस करते पे हो तो जरूर सानू कमेंट बॉक्स में कमेंट करके सानू दस सकते हो कि सर मेरी भी सेम प्रॉब्लम है, और जो ताडा सोल्यूशन हो गया ਤਾਂ ਵੀ ਮੈਨੂੰ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ ਸੋ ਡੈਟ ਇਹ ਜਿਹੜੀ ਪ੍ਰੋਬਲਮ ਦਾ ਸਲਿਊਸ਼ਨ ਹੈ ਇਹ ਮੈਂ ਕੱਢ ਕੇ ਬਾਕੀ ਅਦਰ ਜਿਹੜੇ ਕੈਂਡੀਡੇਟਸ 700 ਕੈਂਡੀਡੇਟਸ ਨੂੰ ਪ੍ਰੋਬਲਮ ਆ ਰਹੀ ਹੋਣੀ ਹੈ ਮੇਰੇ ਅਕੋਰਡਿੰਗ ਉਹਨਾਂ ਨੂੰ ਵੀ ਉਸਦਾ ਸਲਿਊਸ਼ਨ ਮਿਲ ਸਕੇ। ਅਤੇ ਜੇਕਰ ਤੁਹਾਨੂੰ ਕੋਈ ਵੀ ਲਿਸਟ ਚਾਹੀਦੀ ਹੈ ਸੋਫਟ ਕਾਪੀ ਚਾਹੀਦੀ ਹੈ ਲਿਸਟ ਵਾਈਜ਼ ਲਿਸਟ 1 ਲਿਸਟ 2 ਤੋਂ ਲੈ ਕੇ ਲਿਸਟ 7 ਤੱਕ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਹਰੇਕ ਜਿਹੜੀ ਕੰਸੋਲੇਸ਼ਨ ਪ੍ਰਾਈਜ਼ ਦੀ ਸੋਫਟ ਕਾਪੀ ਹੈ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ। ਅਤੇ ਜੇ ਤੁਹਾਨੂੰ ਪੂਰੀ ਕੰਸੋਲੇਟਡ ਚਾਹੀਦੀ ਹੈ ਕਾਪੀ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਸਕਦਾ, ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਲੈ ਸਕਦੇ ਹੋ। ਅਤੇ ਇਸ ਇਨਫੋਰਮੇਸ਼ਨ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰੋ,
ਸੋ ਡੈਟ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ ਕੰਸੋਲੇਸ਼ਨ ਪ੍ਰਾਈਜ਼ ਕਲੇਮ ਕਰਨ ਵਿੱਚ, ਉਹਨਾਂ ਨੂੰ ਵੀ ਇਸ ਪਰਟੀਕੁਲਰ ਪ੍ਰੋਬਲਮ ਦਾ ਸਲਿਊਸ਼ਨ ਮਿਲ ਸਕੇ ਅਤੇ ਉਹ ਟਾਈਮਲੀ ਆਪਣਾ ਕੰਸੋਲੇਸ਼ਨ ਪ੍ਰਾਈਜ਼ ਨੂੰ ਕਲੇਮ ਕਰ ਸਕਣ. ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ.